ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਹਾਂ ਅਮਰਜੋਤ ਸਿੰਘ। ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਜੋ ਹੈ ਸ਼੍ਰੋਮਣੀ ਅਕਾਲੀ ਦਲ ਜੋ ਕਿ ਬਹੁਤ ਵੱਡੀ ਜਿਹੜੀ ਹੈ ਉਹਦੀ ਹਾਰ ਹੋਈ ਹੈ ਉਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜੋ ਹੈ ਇੱਕ ਵੀਡੀਓ ਜੋ ਜ਼ਾਹਿਰ ਕੀਤੀ ਜਾਂਦੀ ਹੈ ਤੇ ਵੀਡੀਓ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਦੇ ਉੱਤੇ ਜਿਹੜਾ ਹੈ ਉਹ ਦੁੱਖ ਪ੍ਰਗਟ ਕੀਤਾ। ਉਹਨਾਂ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਜੋ ਹੈ ਉਹ ਪੰਜਾਬ ਦੇ ਵਿੱਚ ਸਿੱਖਾਂ ਦੇ ਲਈ ਜੋ ਹੈ ਉਹ ਹਾਨੀਕਾਰਕ ਸਾਬਿਤ ਹੋ ਸਕਦੀ ਹੈ, ਜਿਸ ਤੋਂ ਬਾਅਦ ਪੂਰੇ ਹੀ ਪੰਜਾਬੀ ਜਿਹੜੇ ਆਲ ਓਵਰ ਵਰਲਡ 'ਚ ਜਿੱਥੇ ਵੱਸਦੇ ਨੇ ਉਹਨਾਂ ਵੱਲੋਂ ਜੋ ਹੈ ਇਸ ਚੀਜ਼ ਦੇ ਉੱਪਰ ਰੋਸ ਪ੍ਰਗਟ ਕੀਤਾ ਗਿਆ ਕਿ ਇੱਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਇਹ ਬਿਆਨ ਦੇਣਾ ਜੋ ਹੈ ਅਕਾਲੀ ਦਲ ਦੀ ਜਿਹੜੀ ਹੈ ਉਹਦੀ ਪ੍ਰਸ਼ੰਸਾ ਕਰਨੀ ਇਹ ਗਲਤ ਹੈ। ਉਸ ਤੋਂ ਬਾਅਦ ਅੱਜ ਜੋ ਹੈ ਦਰਬਾਰ ਸਾਹਿਬ ਦੇ ਜਿੰਨੇ ਵੀ ਰਾਗੀ ਸਿੰਘ ਨੇ ਰਾਗੀ ਸਿੰਘਾਂ ਵੱਲੋਂ ਜੋ ਹੈ ਇੱਕ ਵੀਡੀਓ ਬਣਾ ਕੇ ਇੱਕ ਮੈਸੇਜ ਜਿਹੜਾ ਹੈ ਸਪਰੈਡ ਕੀਤਾ ਗਿਆ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਜੋ ਇਹ ਗੱਲ ਕੀਤੀ ਗਈ ਇਹ ਗਲਤ ਹੈ। ਉਹਨਾਂ ਨੇ ਜੋ ਹੈ ਲੈਟਰ ਵੀ ਜਿਹੜੀ ਹੈ ਉਹਨਾਂ ਨੂੰ ਦਿੱਤੀ ਤੇ ਉਸ ਲੈਟਰ ਦੇ ਵਿੱਚ ਕੀ ਲਿਖਿਆ ਸੀ ਆਓ ਤੁਹਾਨੂੰ ਵੀਡੀਓ ਦੇ ਵਿੱਚ ਸੁਣਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸਾਧ ਸੰਗਤ ਜੀਓ, ਸ੍ਰੀ ਹਰਿਮੰਦਰ ਸਾਹਿਬ ਦੇ ਸਾਰੇ ਕੀਰਤਨੀਏ, ਸ਼੍ਰੋਮਣੀ ਰਾਗੀ ਸਭਾ, ਅੱਜ ਅਸੀਂ ਇੱਥੇ ਇਕੱਤਰ ਹੋਏ ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਫ਼ਤਰ। ਪਿਛਲੇ ਦਿਨੀ ਜੋ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਬਿਆਨ ਦਿੱਤਾ ਹੈ ਉਹਦੇ ਨਾਲ ਸਾਰੇ ਸਿੱਖ ਜਗਤ ਨੂੰ ਬੜਾ ਦੁੱਖ ਪਹੁੰਚਿਆ ਹੈ। ਤੇ ਜਿਹੜਾ ਬਿਆਨ ਦਿੱਤਾ ਉਹਦੇ ਵਿੱਚ ਸਿੰਘ ਸਾਹਿਬ ਜੀ ਵੱਲੋਂ ਵਰਤੀ ਸ਼ਬਦਾਵਲੀ ਸਿੱਖਾਂ ਪ੍ਰਤੀ ਉਹਦੇ ਨਾਲ ਹੋਰ ਵੀ ਸਾਨੂੰ ਦੁੱਖ ਪਹੁੰਚਿਆ ਤੇ ਇਸੇ ਕਰਕੇ ਅਸੀਂ ਅੱਜ ਇੱਥੇ ਸਿੰਘ ਸਾਹਿਬ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨ ਆਏ ਸੀ ਤੇ ਸਿੰਘ ਸਾਹਿਬ ਜੀ ਤੇ ਹੈ ਨਹੀਂ ਤੇ ਆਪਾਂ ਆਪਣੀ ਚਿੱਠੀ ਦੇ ਵਿੱਚ ਸਾਰੇ ਆਪਣੇ ਵਿਚਾਰ ਲਿਖ ਕੇ ਉਹਨਾਂ ਨੂੰ ਦੇਖ ਕੇ ਜਾ ਰਹੇ ਹਾਂ। ਇਹ ਜਿਹੜਾ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਬਹੁਤ ਵੱਡਾ ਸਥਾਨ ਹੈ, ਨਿਰਪੱਖ ਸਥਾਨ ਹੈ ਤੇ ਇੱਥੋਂ ਨਿਰਪੱਖਤਾ ਦੀ ਗੱਲ ਹੀ ਹੋਣੀ ਚਾਹੀਦੀ ਹੈ ਤੇ ਜਥੇਦਾਰ ਉਹਨਾਂ ਦੀ ਪਦਵੀ ਬੜੀ ਉੱਚੀ ਹੈ ਤੇ ਉਹਨਾਂ ਦੇ ਬੋਲਾਂ ਵਿੱਚੋਂ ਵੀ ਨਿਰਪੱਖ ਹੀ ਝਲਕਣੀ ਚਾਹੀਦੀ ਹੈ ਗੱਲ ਜੋ ਉਹਨਾਂ ਦੇ ਬੋਲਾਂ ਵਿੱਚ ਨਜ਼ਰ ਨਹੀਂ ਆਉਂਦੀ। ਉਸੇ ਰੋਸ ਵਜੋਂ ਅੱਜ ਆਪਾਂ ਇੱਥੇ ਸਾਰੇ ਸ਼੍ਰੋਮਣੀ ਅਕਾਲੀ ਸਭਾ ਦੇ ਸਾਰੇ ਕੀਰਤਨੀਏ ਵੀ ਇਕੱਠੇ ਹੋਏ ਹਾਂ ਤੇ ਇਹ ਆਪਣੀ ਚਿੱਠੀ ਅਸੀਂ ਉਹਨਾਂ ਨੂੰ ਦੇਣ ਆਏ ਸੀਗੇ ਜੋ ਮੈਂ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਸ਼੍ਰੋਮਣੀ ਅਕਾਲੀ ਸਭਾ ਦਾ ਬਿਆਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਬੇਨਤੀ ਹੈ ਕਿ ਪਿਛਲੀ ਦਿਨੀ ਆਪ ਜੀ ਵੱਲੋਂ ਦਿੱਤੇ ਬਿਆਨ ਨਾਲ ਸਿੱਖ ਹਿਰਦਿਆਂ ਨੂੰ ਬਹੁਤ ਚੋਟ ਲੱਗੀ ਹੈ। ਸਿੱਖਾਂ ਪ੍ਰਤੀ ਆਪ ਜੀ ਨੇ ਬਦਤਮੀਜ ਲਫ਼ਜ਼ ਵਰਤਿਆ ਹੈ। ਆਪ ਜੀ ਜਿਸ ਤਖ਼ਤ ਤੇ ਖਲੋ ਕੇ ਬੋਲਦੇ ਹੋ ਉਥੋਂ ਦੀ ਆਵਾਜ਼ ਨੂੰ ਸਾਰੀ ਕੌਮ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਵਾਜ਼ ਮੰਨਦੀ ਹੈ, ਸੋ ਆਪ ਜੀ ਨੂੰ ਬੜੇ ਸਦੇ ਹੋਏ ਬੋਲ ਬੋਲਣੇ ਚਾਹੀਦੇ ਹਨ। ਜਥੇਦਾਰ ਜੀ, ਆਪ ਜੀ ਦੇ ਕਾਰਜਕਾਲ ਦੌਰਾਨ ਬਹੁਤ ਮੌਕੇ ਇਸ ਤਰ੍ਹਾਂ ਦੇ ਆਏ ਜਦੋਂ ਆਪ ਜੀ ਨੂੰ ਬੋਲਣਾ ਚਾਹੀਦਾ ਸੀ, ਆਪ ਨਹੀਂ ਬੋਲੇ। ਆਪ ਜੀ ਨੇ ਅਕਾਲੀ ਦਲ ਦੀ ਗੱਲ ਕੀਤੀ, ਅਕਾਲੀ ਦਲ ਦੇ ਕੁਝ ਬੰਦੇ ਜੋ ਸਿੱਖੀ ਸਿਧਾਂਤਾਂ ਨੂੰ ਢਾਹ ਲਾ ਰਹੇ ਸਨ ਉਹਨਾਂ ਨੂੰ ਲੋਕਾਂ ਨੇ ਨਕਾਰਿਆ ਹੈ, ਨਾ ਕਿ ਸਾਰੇ ਅਕਾਲੀ ਦਲ ਨੂੰ। ਜਥੇਦਾਰ ਜੀ, ਅਕਾਲੀ ਦਲ ਵਿੱਚ ਸਿਰਫ ਉਹੀ ਬੰਦੇ ਨੇ ਜੋ ਚੋਣਾਂ ਵਿੱਚ ਹਾਰੇ ਨੇ, ਅਕਾਲੀ ਦਲ ਕੁਰਬਾਨੀਆਂ ਨਾਲ ਬਣਿਆ ਹੈ, ਸੋ ਇਹ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ। ਆਪਣੇ ਬਿਆਨ ਵਿੱਚ ਆਪ ਕੁਝ ਬੰਦਿਆਂ ਦਾ ਪੱਖ ਕਰਦੇ ਹੀ ਲੱਗ ਰਹੇ ਹੋ ਜੋ ਆਪ ਜੀ ਨੂੰ ਸ਼ੋਭਾ ਨਹੀਂ ਦਿੰਦਾ। ਜ਼ਿਆਦਾ ਗੱਲਾਂ ਨਾ ਲਿਖਦੇ ਹੋਏ ਬੇਨਤੀ ਕਰਦੇ ਹਾਂ ਕਿ ਆਪ ਜੀ ਇਸ ਤਖ਼ਤ ਦੀ ਮਹਾਨਤਾ ਦਾ ਖਿਆਲ ਰੱਖ ਕੇ ਹੀ ਬਿਆਨ ਦਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸ੍ਰੀ ਅਕਾਲ।